ਘਰ ਦੇ ਅੰਦਰ ਹੀ ਖੜੀ ਕਾਰ ਤੇ ਹੋਏ ਦੋ ਚਲਾਨ। ਮੋਬਾਈਲ ਤੇ ਮੈਸੇਜ ਦੇਖ ਕਾਰ ਮਾਲਕ ਦੇ ਵੀ ਉੱਡੇ ਹੋਸ਼। ਪਹਿਲਾ ਚਲਾਨ ਹਿਮਾਚਲ ਤੇ ਦੂਜਾ ਹੋਇਆ ਦਿੱਲੀ ਦੇ ਵਿੱਚ। 24 ਘੰਟਿਆਂ 'ਚ ਆਏ ਚਲਾਨ ਦੇ ਦੋ ਮੈਸੇਜ। ਦੁਖੀ ਹੋਏ ਕਾਰ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ। ਜਿਹਾ ਦੱਸਦੀ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਘਰ ਦੇ ਅੰਦਰ ਖੜੀ ਗੱਡੀ ਦੇ ਦੋ ਚਲਾਨ ਹੋਏ ਨੇ। ਪਹਿਲਾ ਚਲਾਨ ਹਿਮਾਚਲ ਦੇ ਵਿੱਚ ਤੇ ਦੂਸਰਾ ਉਸ ਤੋਂ ਕੁਝ ਹੀ ਦੇਰੀ ਬਾਅਦ ਦਿੱਲੀ ਦੇ ਦਵਾਰਕਾ ਦੇ ਵਿੱਚ ਹੋਇਆ। ਹਾਲਾਂਕਿ ਇਹ ਮੈਸੇਜ ਦੇਖ ਕੇ ਕਾਰ ਮਾਲਕ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ, ਹੋਸ਼ ਉੱਡ ਜਾਂਦੇ ਨੇ। ਕਾਰ ਮਾਲਕ ਦਾ ਕਹਿਣਾ ਕਿ 3 ਦਿਨ ਹੋ ਗਏ ਗੱਡੀ ਘਰ ਤੋਂ ਬਾਹਰ ਗਿਆ ਨੂੰ, ਪਰੰਤੂ ਲਗਾਤਾਰ ਉਹਨਾਂ ਨੂੰ ਦੋ ਮੈਸੇਜਾਂ ਦਾ ਆਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ। ਜਿਹਾ ਦੱਸ ਦਈਏ ਕਿ ਪਹਿਲੇ ਚਲਾਨ ਦਾ ਮੈਸੇਜ ਹਿਮਾਚਲ ਦੇ ਕਸੋਲ ਤੋਂ ਆਇਆ, ਜਿੱਥੇ ਕਿ ਉਹਨਾਂ ਦੀ ਗੱਡੀ ਦਾ ਚਲਾਨ ਹੋਇਆ, ਅਤੇ ਦੂਸਰਾ ਸ਼ਾਮ ਨੂੰ ਦਿੱਲੀ ਤੋਂ ਆਇਆ, ਜਿੱਥੇ ਕਿ ਉਹਨਾਂ ਦੀ ਗੱਡੀ ਦਾ ਕਾਲੇ ਸ਼ੀਸ਼ਿਆਂ ਦਾ ਚਲਾਨ ਹੋਇਆ। ਹਾਲਾਂਕਿ ਇਹ ਸਭ ਕੁਝ ਦੇਖ ਕੇ ਜੋ ਕਾਰ ਦਾ ਮਾਲਕ ਹੈ ਉਸਦਾ ਕਹਿਣਾ ਕਿ ਉਸਦੀ ਗੱਡੀ ਦਾ ਜੋ ਨੰਬਰ ਹੈ ਉਹ ਕਿਸੇ ਹੋਰ ਗੱਡੀ ਦੇ ਉੱਤੇ ਕੋਈ ਸ਼ਖਸ ਲਗਾ ਕੇ ਘੁੰਮ ਰਿਹਾ, ਜਿਸ ਦੇ ਕਾਰਨ ਹੁਣ ਉਹਨਾਂ ਨੂੰ ਵੀ ਕਾਫੀ ਡਰ ਸਤਾਉਣ ਲੱਗ ਗਿਆ। ਦੱਸਦੀ ਕਿ ਕਾਰ ਮਾਲਕ ਦੇ ਮੁਤਾਬਿਕ ਉਸ ਵੱਲੋਂ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਕੋਈ ਫੇਕ ਨੰਬਰ ਲਗਾ ਕੇ ਵੱਖ ਵੱਖ ਸੂਬਿਆਂ ਦੇ ਵਿੱਚ ਘੁੰਮ ਰਿਹਾ। ਉਹਨਾਂ ਨੇ ਖਦਸ਼ਾ ਜਤਾਇਆ ਕਿ ਇਸ ਤਰ੍ਹਾਂ ਉਹਨਾਂ ਨੂੰ ਕਿਸੇ ਵੀ ਕ੍ਰਾਈਮ ਦੇ ਵਿੱਚ ਫਸਾਇਆ ਜਾ ਸਕਦਾ ਹੈ। ਤਾਂ ਦੱਸਦੀ ਕਿ ਮਾਮਲਾ ਜ਼ੀਰਕਪੁਰ ਦਾ ਹੈ, ਜਿੱਥੇ ਕਿ ਇੱਕ ਕਾਰ ਦੇ ਮਾਲਕ ਨੂੰ ਦੋ ਮੈਸੇਜ ਆਉਂਦੇ ਨੇ ਕਿ ਉਹਨਾਂ ਦੀ ਗੱਡੀ ਦੇ ਚਲਾਨ ਹੋਏ ਨੇ, ਪਰ ਗੱਡੀ ਜੋ ਹੈ ਘਰ ਦੇ ਵਿੱਚ ਖੜੀ ਹੈ। ਹਾਲਾਂਕਿ ਜਦੋਂ ਉਸ ਕਾਰ ਮਾਲਕ ਦਾ ਕਹਿਣਾ ਕਿ ਜਦੋਂ ਔਨਲਾਈਨ ਚੈੱਕ ਕੀਤਾ ਗਿਆ ਤਾਂ ਗੱਡੀ ਕੋਈ ਹੋਰ ਸੀ, ਉੱਤੇ ਨੰਬਰ ਉਹਨਾਂ ਦੀ ਗੱਡੀ ਦਾ ਲੱਗਿਆ ਸੀ। ਹਾਲਾਂਕਿ ਜੇਕਰ ਕੱਲ੍ਹ ਨੂੰ ਕੋਈ ਵੀ ਕ੍ਰਾਈਮ ਹੁੰਦਾ ਹੈ ਤਾਂ ਹੋ ਸਕਦਾ ਕਿ ਉਹ ਵੀ ਉਸਦੇ ਵਿੱਚ ਫਸ ਜਾਣ। ਪਰ ਹੁਣ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਕਿਹਾ ਗਿਆ ਕਿ ਜਾਂਚ ਕੀਤੀ ਜਾ ਰਹੀ ਹੈ। ਜ਼ੀਰਕਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਘਰ ਦੇ ਅੰਦਰ ਖੜੀ ਗੱਡੀ ਦੇ ਦੋ ਚਲਾਨ ਹੋਏ ਨੇ। 23/3/24 ਨੂੰ ਮੈਸੇਜ ਆਇਆ ਤਾਂ ਮੈਨੂੰ ਮਣੀਕਰਨ ਦੇ ਨਾਲ ਕਸੌਲ ਹੈ ਜੀ, ਕਸੌਲ ਤੋਂ ਕਿ ਤੇਰੀ ਗੱਡੀ ਦਾ ਚਲਾਨ ਹੋ ਗਿਆ ਜੀ, ਔਰ ਮੇਰੀ ਗੱਡੀ ਘਰ ਖੜੀ ਸੀ ਜੀ, ਔਰ ਉਸ ਤੋਂ ਬਾਅਦ ਚਲਾਨ ਕਾ ਮੈਸੇਜ ਮੈਂ ਜ਼ੀਰਕਪੁਰ ਲੈ ਕੇ ਗਿਆ, ਔਨਲਾਈਨ ਕਢਾਇਆ ਜੀ, ਗੱਡੀ ਨੰਬਰ ਮੇਰਾ ਯੂਜ ਕਰ ਰਹੇ ਹਾਂ, ਗੱਡੀ ਕੋਈ ਹੋਰ ਸੀ ਜੀ, ਮੇਰੀ ਗੱਡੀ ਘਰ ਖੜੀ ਜੀ। ਉਸ ਤੋਂ ਬਾਅਦ ਮੈਂ ਪੁਲਿਸ ਕੰਪਲੇਂਟ ਵੀ ਕੀਤੀ ਔਰ ਮੀਡੀਆ ਰਾਹੀਂ ਅਖਬਾਰਾਂ 'ਚ ਵੀ ਕਢਵਾਇਆ ਜੀ। ਉਸ ਤੋਂ ਬਾਅਦ ਅੱਜ ਜੀ 15/4/24 ਨੂੰ ਜੀ 10:15 ਫਿਰ ਚਲਾਨ ਦਿੱਲੀ ਹੋਇਆ ਜੀ, ਦੁਆਰਕਾ ਜੀ, ਬਲੈਕ ਸ਼ੀਸ਼ਿਆਂ ਦਾ। ਉਸ ਤੋਂ ਬਾਅਦ ਹੁਣ 3-4 ਵਜੇ ਮੇਰੇ ਕੋਲ ਮੈਸੇਜ ਆਇਆ, ਔਰ ਮੈਸੇਜ ਮੈਂ ਕੱਢ ਕੇ ਦੇਖਿਆ ਵੀ ਮੇਰੀ ਗੱਡੀ ਦੀ ਨੰਬਰ ਪਲੇਟ ਲਾ ਕੇ ਦਿੱਲੀ ਦੁਆਰਕਾ ਜੀ ਕੋਈ ਘੁੰਮ ਰਿਹਾ, ਜਸਪ੍ਰੀਤ ਸਿੰਘ ਵਾਲੀਆ, ਔਰ ਔਨਲਾਈਨ ਚਲਾਨ ਆ ਗਿਆ ਔਰ ਮੈਂ ਚੈੱਕ ਕਰਿਆ। ਉਸ ਤੋਂ ਬਾਅਦ ਹੁਣ ਮੈਂ ਕੰਪਲੇਂਟ ਕਰਨੀ ਚਾਹ ਰਿਹਾ ਜੀ ਅੱਗੇ ਜ਼ੀਰਕਪੁਰ, ਹੁਣ ਪੁਲਿਸ ਨੂੰ ਕੰਪਲੇਂਟ ਕਰੋ। ਹਾਂਜੀ, ਹੁਣ ਪੁਲਿਸ ਨੂੰ ਕੰਪਲੇਂਟ ਕਰੂੰਗਾ ਜੀ, ਗੱਡੀ ਮੇਰੀ ਘਰ ਖੜੀ ਹੈ ਜੀ। ਜਿਹੜੀ ਤੁਸੀਂ ਪਹਿਲੀ ਕੰਪਲੇਂਟ ਦਿੱਤੀ ਉਸ 'ਤੇ ਕੋਈ ਪੁਲਿਸ ਨੇ ਕਾਰਵਾਈ ਕੀਤੀ ਹੈ ਜੀ ਹੁਣ ਤੋਂ? ਉਸ 'ਤੇ ਪੁਲਿਸ ਨੇ ਕਾਰਵਾਈ ਇਹ ਕੀਤੀ ਜੀ, ਮੇਰੀ ਨੂੰ ਸਟੈਂਪ ਲਾ ਕੇ ਰਿਸੀਵ ਕਰਕੇ ਦੇ ਦਿੱਤੀ ਜੀ, ਵੀ ਅਸੀਂ ਛਾਣਬੀਣ ਕਰੂੰਗੇ। ਉਸ ਤੋਂ ਬਾਅਦ ਹਿਮਾਚਲ ਨੂੰ ਵੀ ਮੈਂ ਮੇਲ ਪਾ ਦਿੱਤੀ ਜੀ, ਉਹਨਾਂ ਫੋਨ 'ਤੇ ਸਾਰੀ ਕੰਪਲੇਂਟ ਹਿਮਾਚਲ ਨੂੰ ਵੀ ਭੇਜੀ, ਵੀ ਉਹ ਵੀ ਕਹਿ ਰਹੇ ਸੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ, ਪਰ ਅਜੇ ਤੱਕ ਕੋਈ ਗੱਲ ਨਹੀਂ ਹੋਈ ਜੀ। ਅਤੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ? ਸਰ, ਬੇਨਤੀ ਤਾਂ ਮੈਂ ਇਹ ਕਰਨਾ ਚਾਹੁੰਦਾ ਜੀ, ਹੁਣ ਮੈਂ ਸਤਿੰਦਰ ਜੀ ਨੂੰ ਵੀ ਫੋਨ ਕਰਦੀ ਆ ਕਿ ਮੇਰੀ ਗੱਡੀ ਦਾ ਹੁਣ ਦਿੱਲੀ ਦੁਆਰਕਾ ਜੀ 10:15 ਚਲਾਨ ਹੋਇਆ ਬਲੈਕ ਸ਼ੀਸ਼ਿਆਂ ਦਾ, ਨੰਬਰ ਪਲੇਟ ਮੇਰੀ ਯੂਜ ਕਰ ਰਹੇ ਆ ਜੀ, ਤਾਂ ਹੁਣ ਮੈਂ ਲਿਖਤੀ ਰੂਪ 'ਚ ਕੰਪਲੇਂਟ ਕਰੂੰਗਾ। ਮੈਂ ਆਪ ਨੂੰ ਵੀ ਫੋਨ ਕਰਿਆ ਜੀ, ਚਲੋ ਆਪ ਮੇਰੇ ਘਰ ਪਹੁੰਚ ਗਏ ਵੀ ਗੱਡੀ ਦੇਖ ਲੈਂਦੇ ਆ, ਤੁਹਾਡੀ ਗੱਡੀ ਘਰ ਖੜੀ ਹੈ। ਕੱਲ੍ਹ ਨੂੰ ਕੋਈ ਅਨਹੋਨੀ ਕੋਈ ਐਸੀ ਘਟਨਾ ਹੋ ਜਾਵੇ ਤਾਂ
ਕੱਲ੍ਹ ਨੂੰ ਕੋਈ ਇਹੋ ਜਿਹੀ ਅਣਹੋਣੀ ਘਟਨਾ ਹੋ ਜਾਵੇ ਦਿੱਲੀ 'ਚ, ਹਰਿਆਣੇ 'ਚ, ਪੰਜਾਬ 'ਚ, ਉਸਦਾ ਮੈਂ ਕੋਈ ਜ਼ਿੰਮੇਵਾਰ ਨਹੀਂ। ਮੇਰੀ ਗੱਡੀ ਚੈੱਕ ਕਰ ਸਕਦੇ, ਘਰ ਖੜੀ ਹੈ ਜੀ ਹੁਣ ਵੀ। ਮਤਲਬ ਦੋਨੋਂ ਵਾਰ ਜਦੋਂ ਚਲਾਉਣ ਹੋਇਆ ਉਦੋਂ ਤੁਹਾਡੀ ਗੱਡੀ ਘਰੇ ਖੜੀ ਸੀ? ਮੇਰੀ ਗੱਡੀ 3 ਦਿਨ ਤੋਂ ਘਰ ਖੜੀ ਹੈ ਜੀ ਹੁਣ ਵੀ। ਹੁਣ ਮੈਨੂੰ ਮੈਸੇਜ ਆਇਆ ਜੀ 3:15 ਵਜੇ, ਸਵੇਰੇ 10:15 ਵਜੇ ਚਲਾਨ ਹੋਇਆ ਔਨਲਾਈਨ, ਬਲੈਕ ਸ਼ੀਸ਼ਿਆਂ ਦਾ ਜੀ, ਜਸਪ੍ਰੀਤ ਸਿੰਘ ਵਾਲੀਆ ਜਿਨ੍ਹਾਂ ਦੇ ਨਾਂ 'ਤੇ ਚਲਾਨ ਆਇਆ ਜੀ।